ਮੇਰੇ ਪੇਪਰ ਦਾ ਵਿਸ਼ਾ ਹੈ ਜੀ ਗੁਰਬਾਣੀ ਕਥਾਕਾਰੀ ਟਕਸਾਲੀ ਕਥਾ ਪਰੰਪਰਾ ਅਤੇ ਪ੍ਰਮੁੱਖ ਟਕਸਾਲੀ ਕਥਾਕਾਰ। ਪਰ ਮੈਨੂੰ ਸਰ ਦਾ ਹੁਕਮ ਹੋਇਆ ਕਿ ਪੇਪਰ ਦੀ ਸਿਰਫ ਸਮਰੀ ਹੀ ਪੜ੍ਹਨੀ ਆ। ਮੈਂ ਸੰਖੇਪ ਦੇ ਵਿੱਚ ਬੜੇ ਥੋੜ੍ਹੇ ਸਮੇਂ ਦੇ ਵਿੱਚ ਸੀਮਾ ਦੇ ਵਿੱਚ ਰਹਿ ਕੇ ਕੋਸ਼ਿਸ਼ ਕਰਾਂਗੀ ਕਿ ਇਹ ਵਿਚਾਰ ਕਰ ਸਕਾਂ। ਗੁਰਬਾਣੀ ਕਥਾਕਾਰੀ ਦਾ ਜੇਕਰ ਪ੍ਰਸੰਗ ਦੇਖੀਏ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਬੋਧ ਦੀਆਂ ਕਈ ਵਿਧੀਆਂ ਪ੍ਰਚਲਿਤ ਨੇ, ਜਿਵੇਂ ਕਥਾਕਾਰੀ, ਟੀਕਾਕਾਰੀ, ਅਲੱਥਾਕਾਰੀ, ਵਿਆਖਿਆਕਾਰੀ। ਪਰ ਹਥਲੀ ਪੇਪਰ ਦਾ ਸਰੋਕਾਰ ਕਥਾਕਾਰੀ ਨਾਲ ਹੈ, ਇਸ ਕਰਕੇ ਇਸ ਪੇਪਰ 'ਚ ਕਥਾਕਾਰੀ ਦਾ ਪ੍ਰਸੰਗ ਸਮਝਣ ਦਾ ਯਤਨ ਕੀਤਾ। ਵੱਖ ਵੱਖ ਵਿਦਵਾਨਾਂ ਨੇ ਕਥਾ ਦੇ ਅਰਥ ਕੀਤੇ ਹਨ, ਬਾਤ, ਪ੍ਰਸੰਗ, ਬਿਆਨ ਜਾਂ ਵਰਣਨ। ਕਥਾਕਾਰੀ ਦਾ ਜੇਕਰ ਆਰੰਭ ਦੇਖੀਏ, ਇੱਕ ਤਰ੍ਹਾਂ ਦਾ ਜਦੋਂ ਗੁਰਬਾਣੀ ਦੀ ਰਚਨਾ ਸ਼ੁਰੂ ਹੋ ਜਾਂਦੀ ਆ ਤਾਂ ਉਹਦੇ ਨਾਲ ਹੀ ਕਥਾਕਾਰੀ ਦਾ ਆਰੰਭ ਹੋ ਜਾਂਦਾ। ਪਰ ਇਤਿਹਾਸਕ ਤੌਰ 'ਤੇ ਜਿਹੜਾ ਸਾਹਮਣੇ ਆਉਂਦਾ ਉਹ ਇਹ ਆ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਤੋਂ ਵਿਧੀਵਾਦ ਰੂਪ ਦੇ ਵਿੱਚ ਸਾਡੇ ਸਾਹਮਣੇ ਆਉਂਦਾ। ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਦੇ ਵਿੱਚ ਕੇਸਰ ਸਿੰਘ ਛਿੱਬਰ ਵੀ ਲਿਖਦੇ ਨੇ ਅਤੇ ਇਤਿਹਾਸਕ ਤੌਰ 'ਤੇ ਭਾਈ ਸੰਤੋਖ ਸਿੰਘ ਵੀ ਲਿਖਦੇ ਨੇ ਵੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਹਰਗੋਬਿੰਦਪੁਰ ਸਾਹਿਬ ਨਿਵਾਸ ਕਰ ਰਹੇ ਨੇ ਤਾਂ ਬਟਾਲੇ ਤੋਂ ਨਿਤਾਨੰਦ ਨੂੰ ਕਥਾ ਲਈ ਬੁਲਾਇਆ ਜਾਂਦਾ। ਨਿਤਾਨੰਦ ਗੁਰੂ ਜੀ ਦਾ ਹੁਕਮ ਮੰਨ ਕੇ ਜਿਹੜੀ ਕਥਾ ਸੰਗਤ ਨੂੰ ਸੁਣਾਉਂਦਾ। ਭਾਈ ਗੁਰਦਾਸ ਜੀ ਵੀ ਇਸਦਾ ਹਵਾਲਾ ਦਿੰਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਦੋ ਸਿੱਖ ਕਥਾ ਕਰਦੇ ਸੀ, ਜਿਹਦਾ ਨਾਮ ਉਹਨਾਂ ਨੇ ਲਿਖਿਆ ਨਿਵਲੂ ਅਤੇ ਨਿਹਾਲੂ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਇਹ ਨਿਵਲੂ ਅਤੇ ਨਿਹਾਲੂ ਕਥਾ ਕਰਦੇ ਸੀ ਤਾਂ ਸੰਗਤ ਇਸ ਗੱਲ ਦਾ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦੇ ਸੀ ਕਿ ਸਾਡੇ ਮਨ ਦੇ ਵਿੱਚ ਇੱਕ ਟਿਕਾ, ਇੱਕ ਸ਼ਾਂਤੀ, ਇੱਕ ਸਹਿਜਤਾ ਆਉਂਦੀ ਹੈ ਇਹਨਾਂ ਦੀ ਕਥਾ ਸੁਣਨ ਤੋਂ ਬਾਅਦ। ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਸੰਗਤ ਨੂੰ ਦੱਸਿਆ ਕਿ ਭਾਈ ਇਹ ਦੋਵੇਂ ਗੁਣੀ ਜਨ ਨੇ। ਗੁਰੂ ਹਰਗੋਬਿੰਦ ਸਾਹਿਬ ਨੇ ਵਕਤਾ ਅਤੇ ਸਰੋਤੇ ਦੇ 14 ਗੁਣ ਦ੍ਰਿੜ ਕਰਾ ਰਹੇ ਨੇ, ਜਿਹੜਾ ਕਿ ਭਾਈ ਸੰਤੋਖ ਸਿੰਘ ਨੇ ਬੜੇ ਵਿਸਤਾਰ ਨਾਲ ਦੱਸੇ ਨੇ। ਭਾਈ ਸੰਤੋਖ ਸਿੰਘ ਇਹ ਵੀ ਲਿਖਦੇ ਨੇ ਕਿ ਜੇ ਵਕਤਾ ਅਤੇ ਸਰੋਤਾ ਦੇ ਵਿੱਚ 14-14 ਗੁਣ ਨੇ ਤਾਂ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਟਕਸਾਲੀ ਕਥਾ ਪਰੰਪਰਾ, ਕਿਉਂਕਿ ਮੈਂ ਸੰਖੇਪ ਦੇ ਵਿੱਚ ਜਾ ਰਹੀ ਹਾਂ ਸਰ ਦਾ ਹੁਕਮ। ਸਾਬੋ ਕੀ ਤਲਵੰਡੀ, ਜਦੋਂ ਗੁਰੂ ਸਾਹਿਬ ਗੁਰਬਾਣੀ ਲਿਖਣ ਦਾ ਕਾਰਜ ਕਰਦੇ ਨੇ ਤਾਂ ਉਦੋਂ ਬਾਬਾ ਦੀਪ ਸਿੰਘ ਜੀ ਦੀ ਜਿਹੜੀ ਸੇਵਾ ਲਾਈ ਜਾਂਦੀ ਆ ਉਹ ਗੁਰਬਾਣੀ ਦੇ ਅਰਥ ਭਰਾਉਣ ਦੀ ਸੇਵਾ ਲਾਈ ਜਾਂਦੀ ਆ। ਪਰ ਜਿਹੜਾ ਟਕਸਾਲ ਦੀ ਕਥਾ ਦਾ ਇੱਕ ਵਿਧੀਵਤ ਰੂਪ ਸਾਡੇ ਸਾਹਮਣੇ ਆਉਂਦਾ ਉਹ ਗਿਆਨੀ ਸੂਰਤ ਸਿੰਘ ਜੀ ਤੋਂ ਆਉਂਦਾ। ਗਿਆਨੀ ਸੂਰਤ ਸਿੰਘ ਜੀ ਲੰਮਾ ਸਮਾਂ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਰਹੇ ਅਤੇ ਉਹਨਾਂ ਨੇ ਕਥਾ ਦਾ ਪ੍ਰਵਾਹ ਚਲਾਇਆ ਅਤੇ ਉਹਨਾਂ ਨੇ ਭਾਈ ਮਣੀ ਸਿੰਘ ਜੀ ਤੋਂ ਜਿੰਨੀ ਕਥਾ ਸੁਣੀ ਉਹਨਾਂ ਨੂੰ ਲਿਖਤੀ ਰੂਪ ਵੀ ਗਿਆਨੀ ਸੂਰਤ ਸਿੰਘ ਜੀ ਨੇ ਦਿੱਤਾ। ਉਸ ਤੋਂ ਬਾਅਦ ਭਾਈ ਗੁਰਦਾਸ ਜੀ ਆਉਂਦੇ ਨੇ। ਭਾਈ ਗੁਰਦਾਸ ਜੀ ਨੇ ਵੀ ਕਥਾ ਦੀ ਜਿਹੜਾ ਲਗਾਤਾਰ ਪ੍ਰਵਾਹ ਚਲਾਇਆ। ਉਸ ਤੋਂ ਬਾਅਦ ਉਹਨਾਂ ਦੇ ਛੋਟੇ ਭਰਾ ਸੰਤ ਸਿੰਘ ਜੀ ਦਾ ਨੇ ਜਿਹੜਾ ਕਥਾ ਦਾ ਆਪਣਾ ਸੇਵਾ ਨਿਭਾਈ ਆ। ਉਹਨਾਂ ਦੇ ਸੰਬੰਧ ਵਿੱਚ ਇੱਕ ਪ੍ਰਸੰਗ ਆਉਂਦਾ ਕਿ ਗਿਆਨੀ ਸੰਤ ਸਿੰਘ ਜੀ ਭਾਈ ਸੰਤ ਸਿੰਘ ਜੀ ਆਪਣੀ ਕਥਾ ਦੇ ਨੇਮ ਦੇ ਵਿੱਚ ਬੜੇ ਪਰਪੱਕ ਸੀਗੇ। ਉਹਨਾਂ ਦੀ ਜਿਹੜੀ ਕਥਾ ਦੇ ਨੇਮ ਦੇ ਪਰਪੱਕਤਾ ਦੀ ਸੋਭਾ ਸੀ ਉਹ ਬੜੀ ਦੂਰ ਦੂਰ ਤੱਕ ਹੋਈ ਸੀ। ਇਸ ਨੇਮ ਦੀ ਸੋਭਾ ਨੂੰ ਸੁਣ ਕੇ ਇੱਕ ਵਾਰੀ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਦੀ ਪਰਖ ਕਰਨੀ ਚਾਹੀ। ਮਹਾਰਾਜਾ ਰਣਜੀਤ ਸਿੰਘ ਨੇ ਦੇਖਿਆ ਕਿ ਕਥਾ ਦਾ ਸਮਾਂ, ਉਹਨਾਂ ਆਪਣੇ ਦੋ ਸਿਪਾਹੀ ਭੇਜੇ ਕਿ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਨੇ ਬੁਲਾਇਆ। ਭਾਈ ਸੰਤ ਸਿੰਘ ਜੀ ਨੇ ਇਹ ਦੇਖ ਕੇ ਕਿ ਕਥਾ ਦਾ ਸਮਾਂ ਅਤੇ ਉਹਨਾਂ ਨੇ ਦੋਨਾਂ ਸਿਪਾਹੀਆਂ ਨੂੰ ਆਪਣੇ ਕੋਲ ਬਿਠਾ ਲਿਆ। ਉਸ ਤੋਂ ਬਾਅਦ ਫਿਰ ਮਹਾਰਾਜਾ ਰਣਜੀਤ ਸਿੰਘ ਭੇਜਦੇ ਨੇ ਆਪਣੇ ਦੋ ਸਿਪਾਹੀਆਂ ਨੂੰ ਕਿ ਤੁਹਾਨੂੰ ਬੁਲਾਇਆ ਜਾ ਰਿਹਾ। ਪਰ ਭਾਈ ਸੰਤ ਸਿੰਘ ਜੀ ਨੇਮ ਦੇ ਵਿੱਚ ਬੜੇ ਪਰਪੱਕ ਨੇ, ਇਸ ਕਰਕੇ ਉਹ ਦੋਨਾਂ ਸਿੰਘਾਂ ਨੂੰ ਵੀ ਆਪਣੇ ਦੋਨਾਂ ਸਿਪਾਹੀਆਂ ਨੂੰ ਆਪਣੇ ਕੋਲ ਬਿਠਾ ਲੈਂਦੇ ਨੇ। ਕਥਾ ਦੀ ਸਮਾਪਤੀ ਉਸ ਤੋਂ ਬਾਅਦ ਵੀ ਉਹ ਸਿੱਧਾ ਆਪਣੇ ਬੁੰਗੇ ਵਿੱਚ ਜਾਂਦੇ ਨੇ, ਮਹਾਰਾਜਾ ਰਣਜੀਤ ਸਿੰਘ ਦੇ ਸੱਦੇ 'ਤੇ ਨਹੀਂ ਜਾਂਦੇ। ਮਹਾਰਾਜਾ ਰਣਜੀਤ ਸਿੰਘ ਇਹ ਦੇਖ ਕੇ ਖੁਦ ਆਪ ਉਹਨਾਂ ਦੇ ਬੁੰਗੇ 'ਤੇ ਜਾਂਦੇ ਨੇ ਅਤੇ ਉਹਨਾਂ ਦੀ ਕਥਾ ਦੇ ਨੇਮ ਦੇ ਜਿਹੜੀ ਪਰਪੱਕਤਾ ਦੀ ਆ ਅਤੇ ਉਹਦੀ ਉਹ ਪ੍ਰਸ਼ੰਸਾ ਕਰਦੇ ਨੇ।
उस तो बाद संत दया सिंह जी, संत हरनाम सिंह जी बेदी, बाबा बिशन सिंह जी मराले वाले, ज्ञानी सुंदर सिंह जी, ज्ञानी करतार सिंह जी, संत जरनैल सिंह जी, तो मौजूदा समय के ज्ञानी हरनाम सिंह जी ने जड़ा लगातार कथा का प्रवाह चलाया होया। मैं इन्हां दे विच प्रमुख कथाकारां दे विच संखेप दे विच, क्योंकि सारे मेरे को समा है नहीं, जे इत्थे मैं गल करा बाबा बिशन सिंह जी मराले वालियां दी, तां बाबा बिशन सिंह जी मराले वाले हर रोज़ लगातार 2 घंटे कथा करदे सीगे। ते उन्हां दा इह मनना सी कि कथा दा असर तां ही हुंदा है जेकर गुरु उपदेश आप कमाया जावे। इस तों इलावा उह कथा तों बाद, जिवें हुणे पिछे गल करके हटे ने मेरे छोटे वीर, कि उह दिन भर सिमरन दे विच लगे रहिंदे सी, इस तों बाद उह सेवा दा वी हर रोज़ अपना जिहड़ा नेम सी उह निभाउंदे सी। इत्थों तक कि उह जिहड़ा रोज़ कड़ाह प्रसाद तैयार कीता उहदे लई वी सजरा आटा आप पीते सीगे। संत ज्ञानी सुंदर सिंह जी ने अपने जीवन दे विच संपूर्ण गुरु ग्रंथ साहब दियां 15 कथा कीतियां ने, 3 श्री दसम ग्रंथ साहब दियां ते 5 श्री गुरु प्रताप सूरज ग्रंथ दियां। अमृत जीवन पुस्तक दे विच इहदा सारा विस्तार मिलता। संत ज्ञानी सुंदर सिंह जी दे प्रसंग दे विच एक जिहड़ी साखी आउंदी है जां उहनां दी कथा तों इह मिलदी आ कि एक बदनी कला जिथे उन्होंने भैन दे सौरा परिवार से वो कथा करन गए, तो जो वह कथा कर रहे से तो कुछ लोगों ने उन्होंने विरुद्ध रिपोर्टा देनिया शुरू करती कि संत ज्ञानी सुंदर सिंह जी प्रशासन के विरुद्ध जड़ा प्रचार कर रहे हैं। प्रशासन ने अपनी कार्रवाई लई 2 पुलिस वाले भेजे, पर पुलिस वाले उन्होंने कथा सुन के उन्होंने जोड़े विरुद्ध रिपोर्टा देंदे से उन्होंने झाड़ पा के चले जाते। इतों तक कि एक दिन एक सिख थानेदार उन्होंने कथा सुन रहा है, जो वह कथा सुन रहा से सिख थानेदार तो उन्हें अपन जिड़िया भी करैतं कीतियां सी करैत अपन मतलब कि मन के नवें सिरत द्वारा अमृत चक के गुरु साहब ज्ञानी संत बाबा सुंदर सिंह जी ने यह प्रण किया कि मैं अगे तो कदे भी मतलब कि कोई भी बजर करैत नहीं करा कि ना ही किसी तरह की कोई रिश्वत लवांगा। संत बाबा ज्ञानी सुंदर सिंह जी के जीवन पर जेकर झात मारीे जड़िया उन्होंने संपूर्ण 15 कथा कीतिया ने, उन्होंने जीवन अपने आप दे विच एक बहुत ही मतलब कि प्रेरणादायक जड़ा जीवन आ। उन्होंने जे बचपन तो भी पहला मैं उन्होंने उधर की गल करा, जो माता के उधर के विच ने तो माता पिता ने मतलब कि जोड़ा बीज बीजना उस तो पहला भी किन्नी कठिन तपस्या की, एदा मतलब कि वर्णन मिलता। जो संत बाबा सुंदर सिंह जी माता दे उधर विच आ गए ने, तो संतां दे माता जी ने जिथे कठिन तपस्या की उत्थे संतां दे पिता जी ने भी कठिन तपस्या की है। 36 लख मूल मंत्र दियां माला बाबा जी ने कीतियां, ते 1.25 लख जपची साहब दे पाठ उन्हां दे जन्म तो पहला बाबा जी ने किते। इस करके ही जो बाद दे विच बाबा सुंदर सिंह जी समाज दे विच विचरदे ने, ये वड्डा कारण यही है कि उधर दे तों ही जड़ा हैगी आ उह शुरू हो गया। ईवन कि उन्हां दे जीवन दे विच एक गल होर भी आउंदी आ कि जो माता कम धंधे लग जाती है तो बाबा जी नूं जो बाल रूप दे विच ने ते सवा के जाती है, तो पिता जी दे सख्त हुक्म सी कि सुपने दे विच भी किते कोई गलत नींह ना धरी जावे, तो वह कन्न दे विच आउंदे जांदे कम धंधा करते मूल मंत्र दृढ़ करवाउंदे रहिंदे सीगे। संत बाबा सुंदर सिंह जी ने 10 साल तक संपूर्ण श्री गुरु ग्रंथ साहब जी की जिहड़ी संथिया समेत अपनी हैगी जिहड़ी हैगी आ संपूर्ण कीती। 16 साल तक दूजे सारे धर्म ग्रंथां दा अध्ययन कर लिया सीगा। संत बाबा सुंदर सिंह जी जदों कथा करदे सीगे तां कथा दे विच उह जिथे गुरबाणी गुरु साहिबान सिख इतिहास होर चीज़ां नूं दृढ़ करांदे तां उत्थे समाजिक विषयां नूं भी सुणदे सी ते अमोलक वचन भी करदे रहिंदे सीगे। मतलब कि इवन कि निजमां नूं पालण दे भी उह उपदेश दिंदे, जिवें एक निजम दसदे ने उह वी शरीर ते निजम दी पालना सानूं किवें करनी आ, शरीर नूं असीं किवें ठीक रखणा। उह लिखदे ने जेकर असीं कुदरती निजमां की उलंघना ना करिए, असी धर्म की किरत दे विच्चों हक हलाल की रोटी खाईए तो शरीर दे विच कोई भी जिहड़ी बीमारी नहीं आ सकती।
ਤੇ ਦੂਸਰਾ ਉਹ ਮੌਲਿਕ ਵਚਨ ਜਿਵੇਂ ਕਥਾ ਦੇ ਨਾਲ ਨਾਲ ਕਿਉਂਕਿ ਅਨੇਕਾਂ ਵਿਸ਼ਿਆਂ ਨੂੰ ਉਹ ਸੁਣਦੇ ਸੀਗੇ ਤੇ ਉਹ ਅਮੋਲਕ ਵਚਨ ਕਰਦੇ ਆ ਵੀ ਮਨ ਨੂੰ ਅਸ਼ਾਂਤ ਕਿਹੜੀਆਂ ਚੀਜ਼ਾਂ ਕਰਦੀਆਂ ਨੇ। ਨੰਬਰ ਇੱਕ ਤੇ ਉਹ ਕਹਿੰਦੇ ਨੇ ਹੱਦ ਤੋਂ ਵੱਧ ਰਟਨ ਕਰਨਾ, ਹੱਦ ਤੋਂ ਵੱਧ ਪਠਨ ਕਰਨਾ, ਚਿਲੇ ਛਿਲੇ ਜਾਂ ਕਰਮ ਕਾਂਡ ਕਰਨੇ, ਤੇ ਚੌਥਾ ਜਿਹੜਾ ਉਹ ਕਹਿੰਦੇ ਨੇ ਵੱਡੇ ਲੋਕਾਂ ਨੂੰ ਮਿਲਣ ਦੀ ਇੱਛਾ ਰੱਖਣੀ। ਇਹ ਸੀ ਉਹਨਾਂ ਦੇ ਅਮੋਲਕ ਵਚਨ ਜਿਹੜਾ ਕਿ ਉਹ ਆਪਣੀਆਂ ਸੰਪੂਰਨ 15 ਕਥਾਵਾਂ ਦੇ ਵਿੱਚ ਕਰਦੇ ਰਹੇ ਨੇ। ਸੰਤ ਕਰਤਾਰ ਸਿੰਘ ਜੀ ਜਦੋਂ ਵੀ ਕਥਾ ਕਰਦੇ ਉਹਨਾਂ ਦੀ ਇਸ ਗੱਲ 'ਤੇ ਬੜਾ ਜ਼ੋਰ ਦਿੰਦੇ ਸੀ ਕਿ ਜਿੰਨੀਆਂ ਵੱਧ ਕਥਾ ਕੀਤੀਆਂ ਜਾਣ ਉਹਨਾਂ ਉਹਨਾਂ ਨੂੰ ਵੱਧ ਆਨੰਦ ਪ੍ਰਾਪਤ ਹੁੰਦਾ ਸੀ। ਕਈ ਵਾਰ ਉਹ 8-8 9-9 ਘੰਟੇ ਵੀ ਕਥਾ ਕਰਦੇ ਰਹੇ ਨੇ। ਸੰਤ ਗਿਆਨੀ ਜਰਨੈਲ ਸਿੰਘ ਸੰਕਟ ਦੇ ਸਮੇਂ ਦੇ ਵਿੱਚ ਵੀ ਆਪਣਾ ਕਥਾ ਦਾ ਪ੍ਰਵਾਹ ਚਲਾਉਂਦੇ ਰਹੇ ਨੇ। ਕਿਸੇ ਵੀ ਤਰ੍ਹਾਂ ਦਾ ਕਿਤੇ ਵੀ ਨੇਮ ਭੰਗ ਹੋਣ ਦੇ ਕੋਈ ਹਵਾਲਾ ਨਹੀਂ ਮਿਲਦਾ। ਇਸ ਤੋਂ ਅੱਗੇ ਮੈਂ ਜਿਹੜੀ ਗੱਲ ਕਰਨ ਜਾਵਾਂ ਦਮਦਮੀ ਟਕਸਾਲ ਦੀ ਵਿਲੱਖਣਤਾ ਕੀ ਆ, ਦਮਦਮੀ ਟਕਸਾਲ ਦੀ ਵਿਆਖਿਆਕਾਰੀ ਜਾਂ ਕਥਾਕਾਰੀ ਦੀ ਵਿਲੱਖਣਤਾ ਕੀ ਆ, ਉਹ ਹੈ ਨੰਬਰ 1 'ਤੇ ਪ੍ਰਕਥਨ। ਪ੍ਰਕਥਨ ਹੁੰਦਾ ਕਿ ਜਿਹੜਾ ਪ੍ਰਸੰਗ ਚੱਲ ਰਿਹਾ ਹੈ ਉਹਨੂੰ ਅਗਲੇ ਸ਼ਬਦ ਦੇ ਪ੍ਰਸੰਗ ਨਾਲ ਕਿਵੇਂ ਜੋੜਿਆ ਜਾਵੇ, ਇਹ ਦਮਦਮੀ ਟਕਸਾਲ ਦੀ ਕਥਾ ਦਾ ਅਹਿਮ ਪੱਖ ਆ। ਦੂਸਰਾ ਹੈ ਉਥਾਨਿਕਾ। ਉਥਾਨਿਕਾ ਮਤਲਬ ਕਿ ਜਦੋਂ ਕਿਸੇ ਪ੍ਰਸੰਗ ਦੀ ਜਾਂ ਸ਼ਬਦ ਦੀ ਕਥਾ ਕੀਤੀ ਜਾਂਦੀ ਆ ਤਾਂ ਉਸ ਸੰਬੰਧ ਦੇ ਵਿੱਚ ਕੋਈ ਸਾਨੂੰ ਅਥਾਨਕਾ ਮਿਲਦੀ ਆ, ਕੋਈ ਸਾਖੀ ਮਿਲਦੀ ਆ, ਤਾਂ ਉਹ ਕਥਾ ਦਾ ਇਸ ਦਮਦਮੀ ਟਕਸਾਲ ਦੇ ਕਥਾਕਾਰਾਂ ਵੱਲੋਂ ਇਹ ਜ਼ਰੂਰ ਦ੍ਰਿੜ ਕਰਾਇਆ ਜਾਂਦਾ। ਅਗਲਾ ਪੁਆਇੰਟ ਹੈ ਅਰਥ ਢੰਗ। ਦਮਦਮੀ ਟਕਸਾਲ ਦੇ ਕਥਾ ਦੇ ਅਰਥ ਦੇ ਢੰਗ ਕੀ ਨੇ, ਜਿੰਨਾ ਕੁ ਮੇਰੇ ਅਧਿਐਨ ਦੇ ਸਾਹਮਣੇ ਆਇਆ ਉਹ ਹੈ ਵੀ ਬਹੁਪੱਖੀ ਅਰਥ ਕਰਦੇ ਨੇ, ਕਿਸੇ ਵੀ ਇੱਕ ਅਰਥ ਦੀ ਸੀਮਾ ਤੱਕ ਨਹੀਂ ਬੱਝੇ ਰਹਿੰਦੇ। ਜਿੰਨੇ ਵੀ ਮਹਾਂਪੁਰਖਾਂ ਨੇ ਕਥਾ ਕੀਤੀ ਉਹ ਇੱਕ ਤੋਂ ਵੱਧ ਜਿਹੜੀ ਹੈ ਤੁੱਕ ਦੇ ਇੱਕ ਤੋਂ ਵੱਧ ਅਰਥ ਕਰਦੇ ਰਹੇ ਨੇ। ਜਿਵੇਂ ਸੰਤ ਬਾਬਾ ਸੁੰਦਰ ਸਿੰਘ ਜੀ ਗੁਰਬਾਣੀ ਦੀ ਕਥਾ ਕਰਦਿਆਂ ਗੁਰਬਾਣੀ ਦੇ ਵਿੱਚ ਹਵਾਲੇ, ਵਾਰਾਂ ਦੇ ਵਿੱਚ ਹਵਾਲੇ, ਰਹਿਤਨਾਮਿਆਂ 'ਚ ਹਵਾਲੇ, ਗੁਰਪ੍ਰਤਾਪ ਸੂਰਜ ਗ੍ਰੰਥੋਂ ਹਵਾਲੇ, ਤਾਂ ਕਿ ਜਿਹੜੀ ਸ਼ਬਦ ਦੀ ਸਪੱਸ਼ਟਤਾ ਸਾਹਮਣੇ ਆ ਜਾਏ। ਉਸ ਤੋਂ ਅਗਲਾ ਪੁਆਇੰਟ ਹੈ ਅੰਤਰੀ ਵਰਤ, ਕਿਉਂਕਿ ਗੁਰਬਾਣੀ ਦੇ ਵਿੱਚ ਪ੍ਰਤੀਕ ਵਰਤੇ ਗਏ ਨੇ, ਸਿੱਧੇ ਅਰਥ ਕਈ ਵਾਰ ਸਾਨੂੰ ਨਹੀਂ ਸਮਝ ਆਉਂਦੇ, ਅਤੇ ਦਮਦਮੇ ਟਕਸਾਲ ਕਥਾਕਾਰਾਂ ਵੱਲੋਂ ਜਾਂ ਮਹਾਂਪੁਰਖਾਂ ਵੱਲੋਂ ਇਸ ਗੱਲ 'ਤੇ ਦ੍ਰਿੜ ਕਰਾਇਆ ਗਿਆ ਜਾਂ ਜ਼ੋਰ ਦਿੱਤਾ ਗਿਆ ਕਿ ਅੰਤਰੀਵ ਅਰਥਾਂ ਨੂੰ ਕਿਵੇਂ ਸਮਝਿਆ ਜਾਵੇ। ਇਸ ਦੀ ਸਪੱਸ਼ਟਤਾ ਲਈ ਮੈਂ ਪਹਿਲਾਂ ਵੀ ਕਹਿ ਚੁੱਕੀ ਹਾਂ ਵੀ ਦੂਸਰੇ ਧਰਮਾਂ ਦੇ ਗ੍ਰੰਥਾਂ ਦਾ ਜਾਂ ਵਾਰਾਂ ਦੇ ਵਿੱਚੋਂ ਜਾਂ ਸਾਡੇ ਸਿੱਖ ਸਰੋਤਾਂ ਦੇ ਵਿੱਚੋਂ ਉਹ ਜਿਹੜਾ ਕੀ ਆ ਹਵਾਲੇ ਦੇ ਕੇ ਸੰਗਤ ਨੂੰ ਸਿੱਖਿਆ ਦਿੰਦੇ ਰਹੇ ਨੇ। ਅਗਲਾ ਪੁਆਇੰਟ ਹੈ ਸਾਧਨਾ ਪੱਖ। ਦਮਦਮੀ ਟਕਸਾਲ ਦੇ ਜਿੰਨੇ ਵੀ ਕਥਾਕਾਰ ਹੋਏ ਨੇ ਉਹਨਾਂ ਦਾ ਸਾਧਨਾ ਪੱਖ ਆਪਣੇ ਆਪ ਦੇ ਵਿੱਚ ਇੱਕ ਜੀਵਨ ਦਾ ਅਹਿਮ ਪੱਖ ਆ। ਸਾਧਨਾ ਪੱਖ ਇਸ ਤਰ੍ਹਾਂ ਕਿ ਵੀ ਉਹ ਇਹ ਗੱਲ ਸਾਰੇ ਮਹਾਂਪੁਰਖ ਮੰਨਦੇ ਨੇ ਵੀ ਜਦੋਂ ਤੱਕ ਤੁਹਾਡੀ ਆਪਣਾ ਸਾਧਨਾ ਨਹੀਂ ਆ ਤਾਂ ਸੰਗਤ 'ਤੇ ਅਸਰ ਨਹੀਂ ਹੋ ਸਕਦਾ। ਉਸ ਤੋਂ ਅਗਲਾ ਪੁਆਇੰਟ ਹੈ ਪ੍ਰਮਾਣ। ਜਦੋਂ ਵੀ ਦਮਦਮੀ ਟਕਸਾਲ ਦੀ ਕਥਾ ਅਸੀਂ ਸੁਣਦੇ ਹਾਂ ਜਾਂ ਮਹਾਂਪੁਰਖ ਕਰਦੇ ਰਹੇ ਨੇ ਉਸ ਦੇ ਵਿੱਚ ਪ੍ਰਮਾਣ ਵੱਧ ਤੋਂ ਵੱਧ ਪ੍ਰਮਾਣ ਦੇ ਕੇ ਭਾਵੇਂ ਉਹ ਦੂਸਰੇ ਧਰਮ ਗ੍ਰੰਥਾਂ ਦੇ ਦੇਣ ਜਾਂ ਸਾਡੇ ਸਿੱਖ ਸਰੋਤਾਂ ਦੇ ਵਿੱਚੋਂ ਪ੍ਰਮਾਣ ਦੇਖ ਕੇ ਅਰਥ ਦੇ ਡੂੰਘਾਈ ਤੱਕ ਜਾਣਾ ਜਾਂ ਅਰਥ ਦੇ ਅੰਤਰੀਵ ਜਾਂ ਬਾਹਰੀ ਅਰਥਾਂ ਨੂੰ ਸਪੱਸ਼ਟ ਕਰਨ ਲਈ ਵੱਧ ਤੋਂ ਵੱਧ ਪ੍ਰਮਾਣਾਂ ਦੀ ਵਰਤੋਂ ਕੀਤੀ ਜਾਂਦੀ ਹੈ। ਅਗਲਾ ਪੁਆਇੰਟ ਹੈ ਅਨੁਭਵੀ ਵਿਆਖਿਆ। ਦਮਦਮੀ ਟਕਸਾਲ ਦੀ ਜਿਹੜੀ ਕਥਾ ਉਹ ਕਿਤੇ ਵੀ ਬੌਧਿਕ ਤੌਰ 'ਤੇ ਨਹੀਂ ਆ, ਉਹ ਅਨੁਭਵ ਦੇ ਵਿੱਚੋਂ ਹੀ ਸਾਰੀ ਜਿਹੜੀ ਵਿਆਖਿਆ ਜਾਂ ਸਾਰੀ ਜਿਹੜੀ ਕਥਾ ਸਾਡੇ ਸਾਹਮਣੇ ਆਉਂਦੀ ਆ। ਮਤਲਬ ਕਿ ਇੱਥੋਂ ਤੱਕ ਕਿ ਸੰਤ ਬਾਬਾ ਸੁੰਦਰ ਸਿੰਘ ਜੀ ਨੂੰ ਅਨੁਭਵੀ ਸੰਤ ਵੀ ਕਿਹਾ ਗਿਆ। ਕਥਾ ਦੇ ਨਾਲ ਨਾਲ ਹੋਰ ਕੀ ਦ੍ਰਿੜ ਕਰਾਇਆ ਜਾਂਦਾ, ਸੇਵਾ ਅਤੇ ਸਿਮਰਨ ਨੂੰ ਦ੍ਰਿੜ ਕਰਾਉਣਾ ਇਹ ਟਕਸਾਲੀ ਕਥਾਕਾਰਾਂ ਦਾ ਅਹਿਮ ਅੰਗ ਆ। ਟਕਸਾਲੀ ਕਥਾਕਾਰੀ ਜਾਂ ਕਥਾ ਦੇ ਵਿੱਚ ਇਸ ਗੱਲ 'ਤੇ ਬਹੁਤ ਜ਼ੋਰ ਦਿੱਤਾ ਜਾਂਦਾ ਕਿ ਗੁਰਬਾਣੀ ਦਾ ਸ਼ੁੱਧ ਉਚਾਰਨ ਕੀਤਾ ਜਾਵੇ। ਟਕਸਾਲੀ ਕਥਾ ਦੀ ਇੱਕ ਖੂਬੀ ਇਹ ਆ ਕਿ ਵਿਦਵਾਨਾਂ ਨੂੰ ਉਹ ਵਿਦਵਤਾ ਭਰਪੂਰ, ਵਿਦਿਆਰਥੀਆਂ ਨੂੰ ਅਰਥ ਭਰਪੂਰ ਅਤੇ ਆਮ ਸੰਗਤ ਨੂੰ ਸਮਝ ਆਉਣ ਵਾਲੀ ਪ੍ਰਤੀਤ ਹੁੰਦੀ ਹੈ। ਸ਼ਬਦ ਦੇ ਬਾਹਰੀ ਪੱਖ ਅਤੇ ਅੰਤਰੀਵੀ ਪੱਖ ਉੱਤੇ ਚਾਨਣਾ ਪਾਉਣਾ ਇਹ ਵੀ ਇਹਨਾਂ ਦਾ ਅਹਿਮ ਪੱਖ ਸੀ। ਛੋਟੇ ਸ਼ਬਦ ਦੀ ਵਿਆਖਿਆ ਜ਼ਿਆਦਾ ਸਮੇਂ ਦੇ ਵਿੱਚ, ਲੰਮੇ ਸ਼ਬਦ ਦੀ ਵਿਆਖਿਆ ਜਿਹੜੀ ਥੋੜ੍ਹੇ ਸਮੇਂ ਵਿੱਚ
ਕਰਨ ਦੀ ਜਿਹੜਾ ਸੀ ਯਤਨ ਕੀਤਾ ਜਾਂਦਾ ਸੀ। ਟਕਸਾਲੀ ਕਥਾ ਦਾ ਇੱਕ ਅਨਿੱਖੜ ਅੰਗ ਇਹ ਵੀ ਹੈ ਕਿ ਰਵਾਨਗੀ ਦੀ ਇਕਸਾਰਤਾ ਹਮੇਸ਼ਾ ਬਣੀ ਰਹਿੰਦੀ ਹੈ, ਕਿਤੇ ਵੀ ਅਕਾਊਪਣਾ ਨਹੀਂ ਹੁੰਦਾ। ਕਥਾ ਦੇ ਵਿੱਚ ਗੁਰਬਾਣੀ ਨੂੰ ਦ੍ਰਿੜ ਕਰਾਉਣ ਦੇ ਨਾਲ ਨਾਲ ਗੁਰੂ ਸਾਹਿਬਾਨ, ਪਾਠ, ਕੀਰਤਨ, ਪੋਥੀਆਂ ਦੇ ਅਦਬ ਸਤਿਕਾਰ ਲਈ ਇਤਿਹਾਸਕ ਹਵਾਲੇ ਦੇਖ ਕੇ ਸੰਗਤ ਨੂੰ ਸਿੱਖਿਆ ਦਿੱਤੀ ਜਾਂਦੀ ਹੈ। ਗੁਰਮਤ ਦੀ ਵਿਲੱਖਣਤਾ ਦਰਸਾਉਣਾ ਟਕਸਾਲੀ ਕਥਾ ਦਾ ਇੱਕ ਪ੍ਰਮੁੱਖ ਅੰਗ ਹੈ। ਭਾਵੇਂ ਇਹਦੇ ਵਿੱਚ ਦੂਜੇ ਸਰੋਤਾਂ ਤੋਂ ਸਾਡੇ ਹਵਾਲੇ ਦਿੱਤੇ ਜਾਂਦੇ ਨੇ, ਦੂਜੇ ਧਰਮ ਗ੍ਰੰਥਾਂ ਤੋਂ ਹਵਾਲੇ ਦਿੱਤੇ ਜਾਂਦੇ ਨੇ, ਪਰ ਹਮੇਸ਼ਾ ਇਸ ਗੱਲ 'ਤੇ ਇਹ ਜ਼ੋਰ ਦਿੱਤਾ ਗਿਆ ਕਿ ਗੁਰਮਤ ਦੀ ਜਿਹੜੀ ਵਿਲੱਖਣਤਾ ਉਹਨੂੰ ਦਰਸਾਇਆ ਜਾਂਦਾ। ਜਦੋਂ ਵੀ ਕਿਸੇ ਤੁੱਕ ਜਾਂ ਸ਼ਬਦ ਦੀ ਅਰਥ ਦੀ ਵਿਆਖਿਆ ਕੀਤੀ ਜਾਂਦੀ ਤਾਂ ਗੁਰਮਤ ਅਨੁਸਾਰ ਪਹਿਲਾਂ ਉਹ ਅਰਥ ਦ੍ਰਿੜ ਕਰਾਏ ਜਾਂਦੇ, ਗੁਰਮਤ ਅਨੁਸਾਰ ਕੀ ਨੇ, ਫਿਰ ਉਸ ਤੋਂ ਬਾਅਦ ਵੱਖ ਵੱਖ ਵਿਦਵਾਨਾਂ, ਟੀਕਾਕਾਰਾਂ ਜਾਂ ਕੋਸ਼ਾਕਾਰਾਂ ਅਨੁਸਾਰ ਉਹ ਬਾਕੀ ਅਰਥ ਦੱਸੇ ਜਾਂਦੇ, ਪਰ ਪਹਿਲਾਂ ਗੁਰਮਤ ਦੇ ਅਨੁਸਾਰ ਜਿਹੜੇ ਅਰਥ ਸੀ ਉਹ ਦ੍ਰਿੜ ਕਰਵਾਏ ਜਾਂਦੇ। ਅਖੀਰ ਦੇ ਵਿੱਚ ਮੈਂ ਬਹੁਤ ਧੰਨਵਾਦੀ ਹਾਂ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ, ਡਾਕਟਰ ਹਰਭਜਨ ਸਿੰਘ ਜੀ ਜਿਨ੍ਹਾਂ ਨੇ ਮੈਨੂੰ ਇੱਥੇ ਬੋਲਣ ਦਾ ਮੌਕਾ ਦਿੱਤਾ। ਗੁਰਮਤ ਕਾਲਜ ਤੋਂ ਮੇਰੇ ਟੀਚਰ ਸਾਹਿਬਾਨ ਆਏ ਹੋਏ ਨੇ, ਸਰਦਾਰ ਜਸਵੀਰ ਸਿੰਘ ਜੀ, ਡਾਕਟਰ ਚਮਕੌਰ ਸਿੰਘ ਜੀ, ਡਾਕਟਰ ਸੁਖਦਿਆਲ ਸਿੰਘ ਜੀ, ਜਸਵੀਰ ਸਿੰਘ ਸਾਬਰ, ਹੋਰ ਪ੍ਰਮੁੱਖ ਸ਼ਖਸੀਅਤਾਂ, ਮੈਡਮ ਪ੍ਰਿੰਸੀਪਲ ਆਏ ਹੋਏ ਨੇ ਗੁਰਮਤ ਕਾਲਜ 'ਤੇ, ਮੈਂ ਸਭ ਦਾ ਧੰਨਵਾਦ ਕਰਦੀ ਹਾਂ ਅਤੇ ਬਾਬਾ ਜੀ ਦਾ ਮੈਂ ਖਾਸ ਕਰਕੇ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਬੋਲਣ ਦਾ ਮੌਕਾ ਦਿੱਤਾ। ਹੋਈਆਂ ਭੁੱਲਾਂ ਚੁੱਕਾਂ ਦੀ ਖੇਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।